ਹੋਰ ਜੀ, ਪਹਿਲਾਂ ਤਾਂ ਆਪਣਾ ਵੀ ਤੁਸੀਂ ਇਹ ਦੱਸੋਗੇ ਵੀ ਆਪਣੇ ਇੱਥੇ ਗੁਰਮਤ ਕਲਾਸਾਂ ਦੇ ਵਿੱਚ ਤੁਸੀਂ ਆਉਂਦੇ, ਤੁਹਾਨੂੰ ਇਹਦੇ ਨਾਲ ਫਰਕ ਕੀ ਪਿਆ, ਤੁਹਾਡੇ ਜੀਵਨ ਦੇ ਵਿੱਚ ਕੀ ਫਰਕ ਪਿਆ? ਗੁਰਮਤ ਕਲਾਸਾਂ ਜੁਆਇਨ ਕਰਨ ਤੋਂ ਪਹਿਲਾਂ ਮੈਂ ਆਪਣੇ ਸਿੱਖ ਇਤਿਹਾਸ ਤੋਂ ਵਾਂਝੀ ਸੀ, ਮੈਨੂੰ ਨਹੀਂ ਪਤਾ ਸੀ। ਮੈਂ ਸਿੱਖ ਹੁੰਦੇ ਹੋਏ ਵੀ ਮੈਨੂੰ ਇਹ ਨਹੀਂ ਪਤਾ ਮੇਰੇ ਗੁਰ ਇਤਿਹਾਸ, ਮੇਰਾ ਪਿਛੋਕੜ ਕਿਆ ਹੈ। ਬਟ ਜਦੋਂ ਮੈਂ ਗੁਰਮਤ ਕਲਾਸਾਂ ਜੁਆਇਨ ਕੀਤੀਆਂ, ਮੈਨੂੰ 1 ਸਾਲ ਹੋ ਗਿਆ ਹੈ। ਹੁਣ ਮੈਨੂੰ ਆਪਣੇ ਗੁਰ ਇਤਿਹਾਸ ਬਾਰੇ ਕੁਝ ਪਤਾ ਲੱਗਾ, ਅਤੇ ਮੈਨੂੰ ਜੋ ਪਤਾ ਲੱਗਦਾ ਮੈਂ ਆਪਣੇ ਨਾਲ ਦਿਆਂ ਦੱਸਦੀ ਹਾਂ, ਮੈਂ ਆਪਣੇ ਆਪਣੇ ਘਰ ਦੇ ਮੈਂਬਰਾਂ ਨੂੰ ਦੱਸਦੀ ਹਾਂ। ਅਤੇ ਮੈਨੂੰ ਇੰਨਾ ਹੋ ਗਿਆ ਕਿ ਮੈਂ ਇੱਕ ਸਿੱਖ ਹਾਂ, ਮੈਂ ਸਿੱਖ ਹੀ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਕਿ ਆਪਣੀਆਂ ਕਲਾਸਾਂ ਦੇ ਵਿੱਚ ਜੋ ਵੀ ਕੁਝ ਸਿਖਾਇਆ ਜਾਂਦਾ ਹੈ ਨਾ, ਉਹ ਤੁਹਾਨੂੰ ਕਿ ਜਿਹੜੇ ਵੀਰ ਆਉਂਦੇ ਨੇ ਉਹ ਤੁਹਾਨੂੰ ਸਮਝ ਵੀ ਲੱਗਦਾ ਕਿ ਉਹਦੇ ਬਾਰੇ ਵੀ ਸਿਰਫ ਉਹ ਬੋਲ ਕੇ ਤੁਰ ਜਾਂਦੇ ਨੇ ਅਤੇ ਤੁਸੀਂ ਬਸ ਵੇਖ ਕੇ ਤੁਰ ਕੇ ਉਹਨਾਂ ਲਈ, ਹੈ ਨਾ, ਕੋਈ ਇਹਦੇ ਨਾਲ ਕੋਈ ਉਹਨਾਂ ਦੇ ਬਾਰੇ ਕੋਈ ਹੋਵੇ ਵੀ ਇਸ ਤਰ੍ਹਾਂ ਸਮਝਾਇਆ ਜਾ ਸਕੇ? ਵੈਸੇ ਸਾਨੂੰ ਇਹ ਲੋੜ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਦੱਸੀਏ, ਕਿਉਂਕਿ ਉਹ ਆਪ ਹੀ ਸਾਨੂੰ ਇੰਨੇ ਸਰਲ ਤਰੀਕੇ ਦੇ ਨਾਲ ਸਮਝਾ ਦਿੰਦੇ ਕਿ ਸਾਨੂੰ ਦੁਬਾਰਾ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ। ਪਰ ਫਿਰ ਵੀ ਵੀਰ ਜੀ ਕਹਿੰਦੇ ਹਨ ਕਿ ਤੁਹਾਨੂੰ ਨਹੀਂ ਸਮਝ ਆਉਂਦੀ, ਤੁਸੀਂ ਦੁਬਾਰਾ ਪੁੱਛੋ। ਫਿਰ ਵੀ ਨਹੀਂ ਆਉਂਦੀ, ਜਿੰਨੀ ਵਾਰ ਮਰਜ਼ੀ ਪੁੱਛੋ। ਅਤੇ ਅਸੀਂ ਉਹ ਇੰਨੇ ਸਹੀ ਤਰੀਕੇ ਨਾਲ ਸਮਝਾਉਂਦੇ ਹਾਂ ਕਿ ਸਾਨੂੰ ਹਰੇਕ ਚੀਜ਼ ਦਾ ਅਰਥ ਚੰਗੀ ਤਰ੍ਹਾਂ ਸਮਝ ਲੱਗ ਜਾਂਦਾ। ਅਤੇ ਉਸ ਤੋਂ ਬਾਅਦ ਕੀ ਕੁਝ ਇਹਦੇ ਵਿੱਚ ਕੋਈ ਸਿਲੇਬਸ ਬਣਾਇਆ ਗਿਆ ਜਿਹੜਾ ਕਿ ਤੁਹਾਨੂੰ ਸਿਖਾਇਆ ਜਾਂਦਾ, ਜਾਂ ਕੋਈ ਵੀ ਇਸ ਤਰ੍ਹਾਂ ਵੀ ਲਾਈਨ ਵਾਈਜ਼ ਇੱਕ ਕਿਤਾਬ ਸ਼ੁਰੂ ਕਰ ਲਈ ਅਤੇ ਉਹਨੂੰ ਖਤਮ ਕਰਕੇ, ਜਾਂ ਇਸ ਤਰ੍ਹਾਂ ਦਾ ਕੁਝ ਸਿਖਾਇਆ ਜਾਂਦਾ? ਕੀ ਸਿਖਾਇਆ ਜਾਂਦਾ? ਨਹੀਂ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਜਪਜੀ ਸਾਹਿਬ ਜੀ ਦਾ ਮੂਲ ਮੰਤਰ ਸਿੱਖਿਆ, ਉਹਦੇ ਅਰਥ ਸਿੱਖੇ। ਸਾਡੇ ਸਿਲੇਬਸ ਵਿੱਚ 5 ਪੌੜੀਆਂ ਨੇ ਜਪਜੀ ਸਾਹਿਬ ਜੀ ਦੀਆਂ, ਅਸੀਂ ਉਹਨਾਂ ਬਾਰੇ ਗਿਆਨ ਕੀਤਾ। ਅਤੇ ਸਾਖੀਆਂ ਸਾਡੇ ਗੁਰੂ ਭਗਤਾਂ ਬਾਰੇ, ਗੁਰੂ ਸਾਹਿਬਾਨਾਂ ਬਾਰੇ ਹਨ, ਉਹਨਾਂ ਬਾਰੇ ਸਾਨੂੰ ਜਾਣਕਾਰੀ ਮਿਲੀ, ਅਤੇ ਸਾਨੂੰ ਉੱਥੋਂ ਸੇਧ ਮਿਲੀ ਹੈ, ਸਿੱਖਿਆ ਮਿਲੀ ਹੈ। ਅਤੇ ਅਸੀਂ ਸੁਖਮਨੀ ਸਾਹਿਬ ਵਿੱਚ ਸ਼ਬਦ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੇ, ਉਹਨਾਂ ਬਾਰੇ ਸਾਨੂੰ ਜਾਣੂ ਹੋਏ ਹਾਂ, ਅਤੇ ਸਾਨੂੰ ਉਹਨਾਂ ਬਾਰੇ ਅਰਥ ਸਮਝ ਆਉਂਦੇ ਨੇ। ਅਤੇ ਅਸੀਂ ਨੈਕਸਟ ਟਾਈਮ ਅਸੀਂ ਉਹਨਾਂ ਨੂੰ ਸੁਣਾਉਂਦੇ ਨੇ। ਠੀਕ ਹੈ ਜੀ। ਕੀ ਉਹਨਾਂ ਅਰਥਾਂ ਦੇ ਵਿੱਚੋਂ ਤੁਸੀਂ ਵੇਖਿਆ ਕਿ ਅੱਜ ਤੱਕ ਇਹ ਜਿਹੜੇ ਅਰਥ ਸੀਗੇ, ਜਾਂ ਆਪਾਂ ਕਦੀ ਵੇਖੇ ਸੀ ਜਾਂ ਸੁਣੇ ਸੀਗੇ ਪਹਿਲਾਂ, ਕਦੀ ਇਹ ਅਰਥਾਂ ਦੇ ਬਾਰੇ ਤੁਸੀਂ ਕਲਾਸ ਲਗਾਈ ਸੀ? ਨਹੀਂ ਜੀ, ਪਹਿਲਾਂ ਜਿੱਦਾਂ ਅਸੀਂ ਸਾਖੀਆਂ ਤੋਂ ਸਿੱਖਿਆ ਲੈ ਲਈ, ਸਾਨੂੰ ਇਹਨਾਂ ਬਾਰੇ ਨਹੀਂ ਪਤਾ ਸੀ। ਇਹਦਾ ਅਸੀਂ ਲੈਸਨ ਪੜ੍ਹ ਲੈਂਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਸਾਡਾ ਇਹਦਾ ਮੋਰਲ ਕਿਆ, ਸਾਨੂੰ ਇਹ ਤੋਂ ਕਿਆ ਸਿੱਖਿਆ ਮਿਲਦੀ ਆ। ਪਰ ਜਦੋਂ ਸਾਨੂੰ ਸਿੱਖਿਆ ਮਿਲਦੀ, ਉਹ ਸਾਰੇ ਤਰੀਕੇ ਨਾਲ ਸਾਡੀ ਸਮਝ ਵਿੱਚ ਆਉਂਦੀ ਹੈ, ਤਾਂ ਅਸੀਂ ਉਹਨੂੰ ਅਪਣਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਅਤੇ ਕਈ ਬੱਚੇ ਨੇ ਉਹ ਅਪਣਾਉਂਦੇ ਵੀ ਹਨ, ਕਈ ਨੇ ਨਹੀਂ ਅਪਣਾਉਂਦੇ, ਕਿਉਂਕਿ ਕਈਆਂ ਨੂੰ ਨਹੀਂ ਪਤਾ ਲੱਗਦਾ। ਪਰ ਫਿਰ ਵੀ ਸਾਖੀ ਤੋਂ ਜਿਹੜੀ ਸਿੱਖਿਆ ਮਿਲਦੀ ਆ, ਉਹ ਸਾਨੂੰ ਪਹਿਲਾਂ ਕਦੇ ਨਹੀਂ ਸਿੱਖਣ ਨੂੰ ਮਿਲੀ ਸੀ, ਅਤੇ ਇੱਥੋਂ ਗੁਰਮਤ ਕਲਾਸਾਂ ਜੁਆਇਨ ਕਰਨ ਤੋਂ ਬਾਅਦ ਹੀ ਸਾਨੂੰ ਮਿਲਿਆ, ਅਤੇ ਅਸੀਂ ਉਹਨਾਂ ਨੂੰ ਅਸੀਂ ਜੀਵਨ ਵਿੱਚ ਅਪਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਜਿਹੜਾ ਕਿ ਤੁਸੀਂ ਕਿਹਾ ਵੀ ਸਾਨੂੰ ਜਿਹੜਾ ਸਿਲੇਬਸ ਦੇ ਵਿੱਚ ਇਤਿਹਾਸ ਵਗੈਰਾ ਸ਼ਬਦ ਇਹ ਜਪਜੀ ਸਾਹਿਬ ਜੀ ਦੀਆਂ ਪੌੜੀਆਂ, ਹੈ ਨਾ, ਇਹ ਸਿਖਾਈਆਂ ਜਾਂਦੀਆਂ, ਮੂਲ ਮੰਤਰ ਸਿਖਾਇਆ ਜਾਂਦਾ, ਹੈ ਨਾ ਜੀ, ਉਹਦੇ ਵਿੱਚੋਂ ਤੁਸੀਂ ਕਿੰਨੀਆਂ ਕੁ ਸਾਖੀਆਂ ਜਿਹੜੀਆਂ ਕਿ ਕੀਤੀਆਂ ਨੇ? ਅਸੀਂ ਸਾਖੀ ਜੀਵਨ ਗੁਰੂ ਨਾਨਕ ਸਾਹਿਬ ਜੀ ਬਾਰੇ, ਗੁਰੂ ਗੋਬਿੰਦ ਸਿੰਘ ਜੀ ਬਾਰੇ, ਛੋਟੇ ਸਾਹਿਬਜ਼ਾਦੇ, ਹਰਿਦੁਆਰ ਬਾਰੇ ਸਾਖੀਆਂ ਕੀਤੀਆਂ ਨੇ। ਅੱਛਾ ਜੀ। ਇੱਕ ਜਿਹੜੀ ਕਿ ਹਰਿਦੁਆਰ ਵਾਲੀ ਸਾਖੀ ਆਉਂਦੀ, ਜਿਵੇਂ ਕਿ ਜਿੰਨੀ ਕੁ ਮੈਂ ਸੁਣੀ ਹੈ, ਅਤੇ ਉਹਦੇ ਵਿੱਚ ਆਉਂਦਾ ਕਿ ਇਹ ਸਾਖੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਿਹੜੇ ਕਿ ਸੂਰਜ ਵੱਲ ਪਾਣੀ ਦਿੰਦੇ ਪੈ ਸੀਗੇ ਉਹਨਾਂ ਨੂੰ ਸਮਝਾਇਆ, ਹੈ ਨਾ, ਪਰ ਅੱਜ ਆਪਾਂ ਨੂੰ ਉਸ ਤੋਂ ਕੀ ਸਿੱਖਿਆ ਮਿਲਦੀ ਹੈ?
ਅੱਜ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਇਹ ਸਭ ਭੇਦਭਾਵ ਪਖੰਡ ਹਨ, ਇਸ ਦੁਆਰਾ ਕੁਝ ਵੀ ਨਹੀਂ ਹੁੰਦਾ। ਪਰ ਜੇ ਅਸੀਂ ਸੱਚੇ ਮਨ ਨਾਲ ਆਪਣੇ ਆਪਣੇ ਨਾਲ ਰਹਿੰਦੇ ਜੀ ਆਪਣੇ ਨਾਲ ਰਹਿੰਦੇ ਵਿਅਕਤੀਆਂ ਦੀ ਸੇਵਾ ਕਰਦੇ ਹਾਂ, ਉਹੀ ਸੱਚੀ ਸੇਵਾ ਹੈ, ਇਹੀ ਸਾਨੂੰ ਇਸ ਤੋਂ ਸੇਧ ਮਿਲਦੀ ਹੈ। ਅੱਛਾ ਜੀ, ਵੀ ਉਹਦੇ ਵਿੱਚ ਸਮਝਾਇਆ ਜਾਂਦਾ ਵੀ ਉਹ ਜਿਹੜੇ ਮਰ ਚੁੱਕੇ ਪਿੱਤਰ ਨੇ, ਜਿਹੜੇ ਮਰ ਚੁੱਕੇ ਲੋਕ ਨੇ, ਉਹਨਾਂ ਤੱਕ ਇਹ ਜਿਹੜਾ ਪਾਣੀ ਹੈ ਨਹੀਂ ਪਹੁੰਚਦਾ, ਹੈ ਨਾ ਜੀ। ਅਤੇ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਕਿ ਕੁਝ ਸਿੱਖਿਆਵਾਂ ਦਿੱਤੀਆਂ ਹੁੰਦੀਆਂ ਸਾਖੀ ਦੇ ਹੇਠਾਂ, ਕੀ ਤੁਸੀਂ ਇੱਕ ਸਾਖੀ ਦੀ ਸਾਨੂੰ ਸਿੱਖਿਆ ਦੱਸ ਸਕਦੇ ਹੋ? ਹਾਂਜੀ, ਮੈਂ ਨਿਮਰਤਾ ਸਾਖੀ ਦੀ ਸਿੱਖਿਆ ਦੇ ਸਕਦੀ ਹਾਂ, ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ ਕਿ ਹੰਕਾਰ ਅਤੇ ਸੇਵਾ ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਇਹ ਸਿੱਖਿਆ ਗੁਰੂ ਸਾਹਿਬ ਜੀ ਨੇ ਭਾਈ ਮਾਣਾ ਜੀ ਨੂੰ ਦਿੱਤੀ ਸੀ, ਅਤੇ ਸਾਨੂੰ ਵੀ ਇਹ ਮਿਲਦੀ ਹੈ ਕਿ ਅਸੀਂ ਜਦੋਂ ਕਿਸੇ ਗੁਰੂ ਘਰ ਆ ਕੇ ਸੇਵਾ ਕਰਦੇ ਹਾਂ ਅਤੇ ਸਾਨੂੰ ਕਦੇ ਵੀ ਮਨ ਵਿੱਚ ਹੰਕਾਰ ਨਹੀਂ ਰੱਖਣਾ ਚਾਹੀਦਾ ਕਿ ਹਾਂ ਅਸੀਂ ਸੇਵਾ ਕਰਦੇ ਹਾਂ, ਸਗੋਂ ਇਹ ਸੋਚਣਾ ਚਾਹੀਦਾ ਕਿ ਹਾਂ ਅਸੀਂ ਇਸ ਦੇ ਦੁਆਰਾ ਗੁਰੂ ਘਰ ਦੇ ਨਾਲ ਜੁੜਦੇ ਹਾਂ। ਅੱਛਾ ਜੀ, ਕੀ ਇਹ ਜਿਹੜੀਆਂ ਤੁਹਾਡੀਆਂ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ, ਇਹ ਗੁਰਦੁਆਰਾ ਸਾਹਿਬ ਵੱਲੋਂ ਕੋਈ ਐਸਾ ਉਪਰਾਲਾ ਕੀਤਾ ਜਾਂਦਾ, ਜਾਂ ਇਹ ਵੀਰ ਪਿੱਛੋਂ ਹੀ ਵੀ ਉੱਥੋਂ ਗੁਰਮਤਿ ਪ੍ਰਚਾਰ ਕੇਂਦਰ ਅਪਰੇ ਤੋਂ ਆ ਕੇ ਕਲਾਸਾਂ ਲਗਾਉਂਦੇ ਨੇ? ਵੈਸੇ ਸਾਡੇ ਇੱਥੇ ਐਤਵਾਰ ਨੂੰ ਕਲਾਸ ਲੱਗਦੀ ਹੈ ਸ਼ਾਮ 4 ਵਜੇ, ਇੱਥੇ ਸਾਡੇ ਪਿੰਡ ਸਿੰਘ ਸਭਾ ਗੁਰਦੁਆਰੇ ਦੇ ਭਾਈ ਜੀ ਬੱਚਿਆਂ ਨੂੰ ਗੁਰਬਾਣੀ ਕੰਠ ਸਿਖਾਉਂਦੇ ਹਨ, ਅਤੇ ਬਟ ਉਹ ਗੁਰਬਾਣੀ ਕੰਠ ਤੋਂ ਇਲਾਵਾ ਕੁਝ ਨਹੀਂ ਸਿਖਾਉਂਦੇ, ਪਰ ਇਹ ਸਭ ਸਾਨੂੰ ਸਿੱਖਣ ਨੂੰ ਜਿਹੜੇ ਗੁਰਮਤਿ ਪ੍ਰਚਾਰ ਕੇਂਦਰ ਅਪਰਾ ਤੋਂ ਵੀਰ ਜੀ ਆਉਂਦੇ ਹਨ, ਸਾਨੂੰ ਉਹਨਾਂ ਤੋਂ ਹੀ ਸਿੱਖਣ ਨੂੰ ਮਿਲਦਾ। ਠੀਕ ਹੈ ਜੀ, ਇਹ ਕਲਾਸਾਂ ਜਿਹੜੀਆਂ ਕਿ ਆਪਾਂ ਲਗਾਉਂਦੇ ਹਾਂ, ਹੈ ਨਾ ਜੀ, ਇਹਦੇ ਵਿੱਚ ਵੀ ਤੁਹਾਡਾ ਕੋਈ ਇਹਦੇ ਬਾਰੇ ਸੁਝਾਅ ਹੋਵੇ, ਜਾਂ ਕੋਈ ਚੀਜ਼ ਜਿਸ ਤਰ੍ਹਾਂ ਕਿ ਆਪਾਂ ਨੂੰ ਚਾਹੀਦੀ ਹੁੰਦੀ ਹੈ ਪਰ ਉਹ ਗੁਰਮਤਿ ਪ੍ਰਚਾਰ ਕੇਂਦਰ ਵੱਲੋਂ ਮੁਹੱਈਆ ਨਹੀਂ ਕਰਵਾਈ ਜਾਂਦੀ, ਜਾਂ ਕੋਈ ਇਹਨਾਂ ਵੀਰ ਜਿਹੜੇ ਕਿ ਕਲਾਸਾਂ ਲਾਉਣ ਵਾਸਤੇ ਆਉਂਦੇ ਨੇ ਉਹਨਾਂ ਦੇ ਬਾਰੇ ਕੋਈ ਤੁਹਾਡਾ ਸੁਝਾਅ ਹੋਵੇ, ਉਹ ਤੁਸੀਂ ਜ਼ਰੂਰ ਸਾਨੂੰ ਦੱਸੋ। ਵੈਸੇ ਤਾਂ ਵੀਰ ਜੀ ਆਉਂਦੇ ਨੇ, ਉਹ ਕਹਿੰਦੇ ਨੇ ਅਸੀਂ ਗਰੀਬ ਬੱਚਿਆਂ ਦੀ ਸਹਾਇਤਾ ਕਰਾਂਗੇ, ਉਹਨਾਂ ਨੂੰ ਮੁਹੱਈਆ ਵੀ ਕਰਵਾਉਂਦੇ ਨੇ, ਬਟ ਅਸੀਂ ਵੈਸੇ ਸਾਰੇ ਬੱਚੇ ਕਹਿੰਦੇ ਅਸੀਂ ਉਹਨਾਂ ਨੂੰ ਆਪਣੀ ਜ਼ਰੂਰਤ ਦੱਸਦੇ ਹਾਂ ਅਤੇ ਉਹ ਪੂਰੀ ਵੀ ਕਰਦੇ ਹਨ, ਸੋ ਮੈਨੂੰ ਨਹੀਂ ਲੱਗਦਾ ਕਿ ਉਹ ਤੋਂ ਅੱਗੇ ਹੋਰ ਕੋਈ ਜ਼ਰੂਰਤ ਹੋ ਸਕਦੀ, ਜੇ ਹੋਊਗੀ ਤਾਂ ਬੱਚੇ ਜ਼ਰੂਰ ਦੱਸਣਗੇ। ਜਿਸ ਤਰ੍ਹਾਂ ਕਿ ਆਪਣੀਆਂ ਕਲਾਸਾਂ ਦੇ ਵਿੱਚ, ਕਿਉਂਕਿ ਇਹ ਜੋ ਕਿ ਤੁਸੀਂ ਜੋ ਵੀ ਕੁਝ ਚਾਹੁੰਦੇ ਜੇ, ਕਈ ਵਾਰੀ ਹੁੰਦਾ ਕਿ ਇੱਕ ਬੰਦੇ ਤੋਂ ਮੁਹੱਈਆ ਨਾ ਕਰਵਾਇਆ ਜਾਵੇ, ਕਿਉਂਕਿ ਹਰੇਕ ਸੰਸਥਾ ਦੇ ਵਿੱਚ ਕੋਈ ਨਾ ਕੋਈ ਮੁਸ਼ਕਿਲ, ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ। ਠੀਕ ਹੈ ਜੀ, ਜੇਕਰ ਤੁਹਾਨੂੰ ਕੋਈ ਵੀ ਦੁੱਖ ਹੋਵੇ, ਕੋਈ ਵੀ ਤਰ੍ਹਾਂ ਦੀ ਕਲਾਸ ਦੇ ਵਿੱਚ, ਜਿਸ ਤਰ੍ਹਾਂ ਕਿ ਉਹ ਵੀਰ ਜੀ ਹਰੀ ਆਉਂਦੇ ਨੇ ਉਹ ਤੁਹਾਨੂੰ ਪੜ੍ਹਾਉਂਦੇ ਨੇ, ਹੈ ਨਾ, ਕੋਈ ਵੀ ਪੜ੍ਹਾਉਣ ਦੇ ਬਾਰੇ ਕੋਈ ਵੀ ਹੋਵੇ ਵੀ ਉਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪੜ੍ਹਾ ਦੇਣ ਕਰਨ, ਉਹ ਸਾਨੂੰ ਤੁਸੀਂ ਜ਼ਰੂਰ ਦੱਸੋ, ਅਸੀਂ ਕਹਿ ਸਕੀਏ, ਉਹਨਾਂ ਨੂੰ ਵੀ ਸੁਝਾਅ ਦੇ ਸਕੀਏ ਤੁਹਾਡਾ, ਅਤੇ ਜੋ ਕਿ ਉਹ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਾ ਸਕਣ। ਨਹੀਂ, ਵੈਸੇ ਮੇਰਾ ਇਸ ਬਾਰੇ ਕੋਈ ਸਵਾਲ ਨਹੀਂ ਹੈ, ਸਗੋਂ ਸਾਨੂੰ ਖੁਸ਼ੀ ਹੈ ਕਿ ਸਾਨੂੰ ਉਹ ਇੱਡੀ ਦੂਰ ਚੱਲ ਕੇ ਸਾਨੂੰ ਸਿਖਾਉਣ ਆਉਂਦੇ ਆ, ਅਤੇ ਅਸੀਂ ਉਸ ਤੋਂ ਸੇਧ ਵੀ ਲੈਂਦੇ ਹਾਂ, ਅਸੀਂ ਸਿੱਖਿਆ ਵੀ ਪ੍ਰਾਪਤ ਕਰਦੇ ਹਾਂ, ਅਤੇ ਸਾਨੂੰ ਇਹ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਉਹ ਆਪਣੇ ਆਪ ਹੀ ਸਾਨੂੰ ਉਹਨਾਂ ਨੂੰ ਜੋ ਲੱਗਦਾ ਕਿ ਹਾਂ ਬੱਚਿਆਂ ਵਿੱਚ ਕਮੀ ਹੈ ਉਹ ਇਹ ਸਿੱਖਣਾ ਜ਼ਰੂਰ ਚਾਹਣਗੇ, ਅਤੇ ਜੋ ਨਹੀਂ ਚਾਹ ਰਹੇ ਹਜੇ ਉਹਨਾਂ ਨੂੰ ਨਹੀਂ ਸਿੱਖਿਆ ਮਿਲੀ ਅਤੇ ਉਹ ਆਪਣੇ ਆਪ ਹੀ ਸਾਨੂੰ ਸਮਝਾ ਦਿੰਦੇ ਹਨ, ਸਾਨੂੰ ਦੱਸ ਦਿੰਦੇ ਹਨ। ਕਿ ਇਹ ਜਿਹੜੀਆਂ ਕਿ ਆਪਣੀਆਂ ਇੱਥੇ ਧਾਰਮਿਕ ਕਲਾਸਾਂ ਲੱਗਦੀਆਂ, ਮੈਂ ਇਹ ਲਾਸਟ ਸਿਰਫ ਤੁਹਾਨੂੰ ਸਵਾਲ ਕਰਨਾ ਕਿ ਜਿਹੜੀਆਂ ਕਿ ਆਪਣੀਆਂ ਇਸ ਰਟੈਂਡੇ ਪਿੰਡ ਦੇ ਵਿੱਚ ਕਲਾਸਾਂ ਲੱਗਦੀਆਂ ਨੇ, ਇਹਦੇ ਵਿੱਚ ਕੀ ਤੁਹਾਡੇ ਸਾਰੇ ਨਗਰ ਦੇ ਜੋ ਕਿ ਆਪਾਂ ਕਹਿ ਸਕੀਏ ਮਨੁੱਖ, ਜੋ ਵੀ ਬੰਦੇ ਨੇ, ਸਾਰੇ ਇਹਦੇ ਨਾਲ ਸਹਿਮਤ ਨੇ ਵੀ ਇਹ ਕਲਾਸਾਂ ਲਗਾਈਆਂ ਜਾਣੀਆਂ ਚਾਹੀਦੀਆਂ ਨੇ, ਜਾਂ ਕੋਈ ਹੁੰਦੇ ਨੇ ਕਿ ਜਿਨ੍ਹਾਂ ਦੇ ਮਾਤਾ ਪਿਤਾ ਬੱਚਿਆਂ ਦੇ ਵੀ, ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਇਹ ਸਾਡੇ ਨਾਲ ਸਹਿਮਤ ਹੈਗੇ ਨੇ ਜਾਂ ਨਹੀਂ ਹੈਗੇ?
ਵੈਸੇ ਜਿੱਥੇ ਤੱਕ ਮੇਰਾ ਖਿਆਲ ਹੈ, ਮੈਨੂੰ ਪਤਾ ਹੈ ਜਿਹੜੇ ਬੱਚੇ ਆਉਂਦੇ ਹਨ ਉਹਨਾਂ ਦੇ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਹਾਂ ਸਾਡੇ ਬੱਚੇ ਕੋਲ ਸਿੱਖਿਆ ਪ੍ਰਾਪਤ ਕਰਦੇ ਹਨ, ਤਦ ਇਸ ਲਈ ਤਾਂ ਉਹ ਆਪਣੇ ਬੱਚਿਆਂ ਨੂੰ ਭੇਜਦੇ ਹਨ। ਬਾਕੀ ਕਈ ਅਣਜਾਣ ਹਨ, ਕਿੰਨਾ ਨਹੀਂ ਪਤਾ, ਜੇ ਸਾਨੂੰ ਇਸ ਪਿੰਡ ਨੂੰ ਪਤਾ ਹੋਵੇ ਤਾਂ ਸਾਰੇ ਹੀ ਬੱਚੇ ਆਉਣ, ਪਰ ਕਈਆਂ ਨੂੰ ਪਤਾ ਹੈ ਨਹੀਂ ਪਤਾ ਹੈ ਉਹ ਆਉਂਦੇ ਹਨ, ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਸਪੋਰਟ ਕਰਦੇ ਹਨ, ਉਹ ਭੇਜਦੇ ਹਨ ਕਿ ਹਾਂ ਸਾਡੇ ਬੱਚੇ ਕਿਸੇ ਕਾਬਿਲ ਬਣਨਗੇ। ਜੇਕਰ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਪਤਾ ਲੱਗੇ ਤਾਂ ਜ਼ਰੂਰ ਭੇਜਣਗੇ, ਕਿਉਂਕਿ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਮਾੜੀ ਗੱਲ ਹੈ, ਸਗੋਂ ਸਾਨੂੰ ਕੁਝ ਗਿਆਨ ਪ੍ਰਾਪਤ ਹੁੰਦਾ ਹੈ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।